ਭਾਈ ਜਸਵੰਤ ਸਿੰਘ ਸਾਡੇ ਦੇ ਉੱਤੇ ਜਿਹੜੀ ਗੰਭੀਰ ਕਿਸਾਨ ਫਿਲਮ ਬਣਾ ਰਿਹਾ ਉਹਦੇ ਉੱਤੇ ਪੱਟ ਛੱਟ ਪਏ ਗਏ। ਇੱਥੇ ਤੱਕ ਇੱਥੇ ਜਿਹੜਾ ਓਰੀਜਨਲ ਡਾਇਰੈਕਟਰ ਜਸਵੰਤ ਸਿੰਘ ਖਾੜਾ ਸੀ ਉਸਦਾ ਨਾਮ ਹੀ ਕਹਿੰਦੇ ਨੀ ਕਰਦੇ ਜਸਵੰਤ ਸਿੰਘ ਨਾਲ। ਮੈਨੂੰ ਸਮਝ ਨੀ ਆ ਰਹੀ ਇਤਿਹਾਸ ਨੂੰ ਬਾਰੇ ਨੀ ਗੱਲਾਂ ਕੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਤੋਂ ਇਹ ਗੱਲ ਬੜੀ ਚੰਗੀ ਹੈ ਕਿ ਜਿਹੜਾ ਸੈਂਚਰਲ ਬੋਰਡ ਹੈਗਾ ਭਾਈ ਜਸਵੰਤ ਸਿੰਘ ਸਾਡੇ ਦੇ ਉੱਤੇ ਜਿਹੜੀ ਗੰਭੀਰ ਕਿਸਾਨ ਫਿਲਮ ਬਣਾ ਰਿਹਾ ਉਹਦੇ ਉੱਤੇ ਪੱਟ ਛੱਟ ਪਏ ਗਏ। ਇੱਥੇ ਤੱਕ ਇੱਥੇ ਜਿਹੜਾ ਓਰੀਜਨਲ ਡਾਇਰੈਕਟਰ ਜਸਵੰਤ ਸਿੰਘ ਖਾੜਾ ਸੀ ਉਸਦਾ ਨਾਮ ਹੀ ਕਹਿੰਦੇ ਨੀ ਕਰਦੇ ਜਸਵੰਤ ਸਿੰਘ ਨਾਲ। ਮੈਨੂੰ ਸਮਝ ਨੀ ਆ ਰਹੀ ਇਤਿਹਾਸ ਨੂੰ ਬਾਰੇ ਨੀ ਗੱਲਾਂ ਕੀ ਕਰ ਰਹੇ ਨੇ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜਿਹੜੀਆਂ ਫਿਲਮਾਂ ਅੰਗਰੇਜ਼ਾਂ ਦੇ ਜ਼ੁਲਮ ਤੇ ਬਣੀਆਂ ਉਹ ਕਿਸੇ ਨੇ ਨਾਮ ਵਗੈਰਾ ਕੱਢਣ ਦੀ ਗੱਲ ਕੀਤੀ ਹੈ। ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲੇ 40 ਸਾਲ ਪਹਿਲੇ ਘਟਣੇ ਆ ਜਿਹੜੇ ਘਟਨਾ ਘਟੀ ਹੈ ਉਸਦੇ ਤੁਸੀਂ ਕਾਂਡ ਛਾਟ ਕਿਉਂ ਕਰ ਰਹੇ ਹੋ? ਉਹਦੇ ਝੂਠ ਥੋੜੀ ਹੈ, ਇੱਕ ਸੱਚਾਈ ਹੈ, ਕੱਲ ਸੱਚਾਈ ਹੈ ਜਿਹੜੀ ਉਹ ਫਿਲਮ ਬਣਾ ਕੇ ਦੱਸਣਾ ਚਾਹੁੰਦਾ ਸੀ। ਇਸ ਦਾ ਮਤਲਬ ਇਹ ਹੈਗਾ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਫਿਲਮਾਂ ਨੂੰ ਬਣਾ ਸਕਦੇ। ਜੋ ਸਿੱਖਾਂ ਦੇ 47 ਤੋਂ ਬਾਅਦ ਜ਼ੁਲਮ ਹੋਏ ਉਹਨਾਂ ਬਾਰੇ ਕੋਈ ਪਿਕਚਰ ਨੀ ਬਣਾ ਸਕਦੇ, ਤੁਸੀਂ ਉਹਨੂੰ ਦੱਸਣ ਨਹੀਂ ਦਿਓਗੇ? ਬੜਾ ਅਫਸੋਸ ਦੀ ਗੱਲ ਹੈ। ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਡਾਕਾ ਤੇ ਡਾਕਾ ਇਹ ਨੀ ਮੈਨੂੰ ਪਤਾ ਇਹਦਾ ਅਸਰ ਕਦ ਨਿਕਲਣਾ ਕਦ ਨਹੀਂ ਨਿਕਲਣਾ, ਪਰ ਇਹਨਾਂ ਗੱਲਾਂ ਦਾ ਅਸਰ ਜ਼ਰੂਰ ਹੁੰਦਾ, ਟਾਈਮ ਜ਼ਰੂਰ ਲੱਗਦਾ ਹੈ। ਇਹ ਗੱਲਾਂ ਤੁਹਾਨੂੰ ਭੋਗਣੀਆਂ ਪੈਣਗੀਆਂ। ਮੈਂ ਅਪੀਲ ਕਰਦਾ ਮਿਨਿਸਟਰੀ ਆਫ ਇਨੋਵੇਸ਼ਨ ਐਂਡ ਬ੍ਰਾਡਕਾਸਟਿੰਗ ਨੂੰ ਉਹ ਦਖਲ ਦੇ ਕੇ ਇਸ ਫਿਲਮ ਨੂੰ ਛੋਟੀ ਬੋਟੀ ਕੋ ਘੱਟ ਵੱਟ ਕਰਨੀ ਕਰਕੇ ਰਿਲੀਜ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭਾਈ ਜਸਵੰਤ ਸਿੰਘ ਸਾਡੇ ਦੇ ਉੱਤੇ ਜਿਹੜੀ ਗੰਭੀਰ ਕਿਸਾਨ ਫਿਲਮ ਬਣਾ ਰਿਹਾ ਉਹਦੇ ਉੱਤੇ ਪੱਟ ਛੱਟ ਪਏ ਗਏ। ਇੱਥੇ ਤੱਕ ਇੱਥੇ ਜਿਹੜਾ ਓਰੀਜਨਲ ਡਾਇਰੈਕਟਰ ਜਸਵੰਤ ਸਿੰਘ ਖਾੜਾ ਸੀ ਉਸਦਾ ਨਾਮ ਹੀ ਕਹਿੰਦੇ ਨੀ ਕਰਦੇ ਜਸਵੰਤ ਸਿੰਘ ਨਾਲ। ਮੈਨੂੰ ਸਮਝ ਨੀ ਆ ਰਹੀ ਇਤਿਹਾਸ ਨੂੰ ਬਾਰੇ ਨੀ ਗੱਲਾਂ ਕੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਤੋਂ ਇਹ ਗੱਲ ਬੜੀ ਚੰਗੀ ਹੈ ਕਿ ਜਿਹੜਾ ਸੈਂਚਰਲ ਬੋਰਡ ਹੈਗਾ ਭਾਈ ਜਸਵੰਤ ਸਿੰਘ ਸਾਡੇ ਦੇ ਉੱਤੇ ਜਿਹੜੀ ਗੰਭੀਰ ਕਿਸਾਨ ਫਿਲਮ ਬਣਾ ਰਿਹਾ ਉਹਦੇ ਉੱਤੇ ਪੱਟ ਛੱਟ ਪਏ ਗਏ। ਇੱਥੇ ਤੱਕ ਇੱਥੇ ਜਿਹੜਾ ਓਰੀਜਨਲ ਡਾਇਰੈਕਟਰ ਜਸਵੰਤ ਸਿੰਘ ਖਾੜਾ ਸੀ ਉਸਦਾ ਨਾਮ ਹੀ ਕਹਿੰਦੇ ਨੀ ਕਰਦੇ ਜਸਵੰਤ ਸਿੰਘ ਨਾਲ। ਮੈਨੂੰ ਸਮਝ ਨੀ ਆ ਰਹੀ ਇਤਿਹਾਸ ਨੂੰ ਬਾਰੇ ਨੀ ਗੱਲਾਂ ਕੀ ਕਰ ਰਹੇ ਨੇ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜਿਹੜੀਆਂ ਫਿਲਮਾਂ ਅੰਗਰੇਜ਼ਾਂ ਦੇ ਜ਼ੁਲਮ ਤੇ ਬਣੀਆਂ ਉਹ ਕਿਸੇ ਨੇ ਨਾਮ ਵਗੈਰਾ ਕੱਢਣ ਦੀ ਗੱਲ ਕੀਤੀ ਹੈ। ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲੇ 40 ਸਾਲ ਪਹਿਲੇ ਘਟਣੇ ਆ ਜਿਹੜੇ ਘਟਨਾ ਘਟੀ ਹੈ ਉਸਦੇ ਤੁਸੀਂ ਕਾਂਡ ਛਾਟ ਕਿਉਂ ਕਰ ਰਹੇ ਹੋ? ਉਹਦੇ ਝੂਠ ਥੋੜੀ ਹੈ, ਇੱਕ ਸੱਚਾਈ ਹੈ, ਕੱਲ ਸੱਚਾਈ ਹੈ ਜਿਹੜੀ ਉਹ ਫਿਲਮ ਬਣਾ ਕੇ ਦੱਸਣਾ ਚਾਹੁੰਦਾ ਸੀ। ਇਸ ਦਾ ਮਤਲਬ ਇਹ ਹੈਗਾ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਫਿਲਮਾਂ ਨੂੰ ਬਣਾ ਸਕਦੇ। ਜੋ ਸਿੱਖਾਂ ਦੇ 47 ਤੋਂ ਬਾਅਦ ਜ਼ੁਲਮ ਹੋਏ ਉਹਨਾਂ ਬਾਰੇ ਕੋਈ ਪਿਕਚਰ ਨੀ ਬਣਾ ਸਕਦੇ, ਤੁਸੀਂ ਉਹਨੂੰ ਦੱਸਣ ਨਹੀਂ ਦਿਓਗੇ? ਬੜਾ ਅਫਸੋਸ ਦੀ ਗੱਲ ਹੈ। ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਡਾਕਾ ਤੇ ਡਾਕਾ ਇਹ ਨੀ ਮੈਨੂੰ ਪਤਾ ਇਹਦਾ ਅਸਰ ਕਦ ਨਿਕਲਣਾ ਕਦ ਨਹੀਂ ਨਿਕਲਣਾ, ਪਰ ਇਹਨਾਂ ਗੱਲਾਂ ਦਾ ਅਸਰ ਜ਼ਰੂਰ ਹੁੰਦਾ ਹੈ, ਟਾਈਮ ਜ਼ਰੂਰ ਲੱਗਦਾ ਹੈ। ਇਹ ਗੱਲਾਂ ਤੁਹਾਨੂੰ ਭੋਗਣੀਆਂ ਪੈਣਗੀਆਂ। ਮੈਂ ਅਪੀਲ ਕਰਦਾ ਮਿਨਿਸਟਰੀ ਆਫ ਇਨੋਵੇਸ਼ਨ ਐਂਡ ਬ੍ਰਾਡਕਾਸਟਿੰਗ ਨੂੰ ਉਹ ਦਖਲ ਦੇ ਕੇ ਇਸ ਫਿਲਮ ਨੂੰ ਛੋਟੀ ਬੋਟੀ ਕੋ ਘੱਟ ਵੱਟ ਕਰਨੀ ਕਰਕੇ ਰਿਲੀਜ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।